ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਸਵੇਰ ਵੇਲੇ ਦੀਆਂ ਖਬਰਾਂ ਦਾ ਪਹਿਲਾ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਸਾਂਝਾ ਕਰਾਂਗੇ ਤੁਹਾਨੂੰ ਰਿਕੁਐਸਟ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਜਿਹੜੀ ਮਿਸ ਨਾ ਹੋਵੇ ਤੇ ਇੱਕ ਹੋਰ ਰਿਕਵੈਸਟ ਹੈ ਜੀ ਜੇਕਰ ਤੁਸੀਂ ਚੈਨਲ ਨੂੰ ਹੱਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੀ ਲਾਲ ਰੰਗ ਦਾ ਸਬਸਕ੍ਰਾਈਬ ਵਾਲਾ ਬਟਨ ਧਬਕੇ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਵਾਲਾ ਬਟਨ ਧਬਦੋ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨੂੰ ਹੁਣੇ ਲਾਈਕ ਕਰ ਦਿਓ ਜੀ ਆਪਾਂ 5500 ਦਾ ਲਾਈਕ ਏਮ ਇਸ ਵੀਡੀਓ ਦੇ ਉੱਪਰ ਰੱਖਦੇ ਆਂ ਸੋ ਨਜ਼ਰ ਮਾਰਦੇ ਆਂ ਜੀ ਸੂਬੇ ਪੰਜਾਬ ਦੀਆਂ ਪਹਿਲੋਂ ਚੋਣਵੀਆਂ ਖਬਰਾਂ ਦੇ ਉੱਤੇ ਉਸ ਤੋਂ ਬਾਅਦ ਖਬਰਾਂ ਦਾ ਵਿਸਥਾਰ ਪੋਖਹ ਹੜਤਾਲ ਤੇ ਬੈਠੇ ਕਾਉਂਸਲਰ ਨੂੰ ਪੁਲਿਸ ਨੇ ਚੱਕਿਆ ਵਿਸ਼ੇਸ਼ ਉਡਾਨ ਰਾਹੀ ਭਾਰਤ ਦੇ ਵਿੱਚ ਫਸੇ ਕੈਨੇਡਾ ਵਾਸੀ 122 ਯਾਤਰੀ ਰਾਤ 11:30 ਵਜੇ ਦਿੱਲੀ ਨੂੰ ਹੋਣਗੇ ਰਵਾਨਾ ਮਹਿਲਕਲਾਂ ਦੀ ਕਰੋਨਾ ਮ੍ਰਿਤਕ ਦੇ ਸਾਰੇ ਪਰਿਵਾਰ ਮੈਂਬਰਾਂ ਦੀਆਂ ਕਰੋਨਾ ਰਿਪੋਰਟਾਂ ਆਈਆਂ 네ਗੇਟਿਵ ਖਾਨਕੋਟ ਚੋਂ ਕਰੋਨਾ ਦਾ ਕਹਿਰ ਚਾਰ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ ਕਾਨੂੰਨ ਤੋੜਨ ਵਾਲਿਆਂ ਤੇ ਰੱਖ ਰਹੀ ਹੈ ਨਜ਼ਰ ਪੁਲਿਸ ਦੀ ਤੀਜੀ ਅੱਖ ਕੈਬਨਟ ਮੰਤਰੀ ਧਰਮਸੂਤ ਦੇ ਪਰਿਵਾਰ ਸਮੇਤ ਕਈਆਂ ਨੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ ਪੀਯੂ ਦੇ ਅਸਿਸਟੈਂਟ ਪ੍ਰੋਫੈਸਰ ਦੀ ਨਹੀਂ ਹੋ ਪਾਰੀ ਰਿਕਵਰੀ ਕਟਿਆ ਹੱਥ ਜੁੜਨ ਤੋਂ ਬਾਅਦ ਬੋਲੇ ਏਐਸਆਈ ਹਰਜੀਤ ਸਿੰਘ ਮੈਂ ਛੇਤੀ ਵਾਪਸ ਆਵਾਂਗਾ ਫਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ ਲਪੇਟ ਚੁਆਈਆਂ 13 ਦੁਕਾਨਾਂ ਪੰਜਾਬ ਚੋਂ 2 ਮਹੀਨੇ ਉਦਯੋਗਿਕ ਬੰਦੀ ਦੇ ਨਾਲ 3 ਸਾਲ ਪਿੱਛੜ ਜਾਵੇਗੀ ਇੰਡਸਟਰੀ ਜਵਾਹਰਪੁਰ ਤੋਂ ਪੀੜਤਾਂ ਦੇ ਹੋਰ ਕਰੀਬੀਆਂ ਦਾ ਪਤਾ ਲੱਗਣ ਤੇ ਟੈਸਟ ਕੀਤੇ ਜਾਣ ਸਿਹਤ ਮੰਤਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਵਿਧਾਈ ਕੰਮ ਦੀ ਸਮਰੱਥਾ ਰੋਜ਼ਾਨਾ ਹੋਵੇਗੀ 400 ਸੈਂਪਲਾਂ ਦੀ ਜਾਂਚ ਤਬਲੀਗੀ ਜਮਾਤ ਦੇ ਨਾਲ ਸੰਪਰਕ ਚ ਆਏ 7 ਹੋਰ ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ ਤੇ ਕਰੋਨਾ ਦੀ ਦਹਿਸ਼ਤ ਦਰਮਿਆਨ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਸ਼ੁਰੂ ਪਟਨਾ ਸਾਹਿਬ ਦੇ ਹਜ਼ੂਰ ਸਾਹਿਬ ਫਸੇ ਸ਼ਰਧਾ ਸ਼ਰਦਾ ਲਵਾਨੋਂ ਲੈ ਕੇ ਹਰ ਸਿਮਰਤ ਨੇ ਪੀਐਮ ਨੂੰ ਕੀਤੀ ਅਪੀਲ ਜ਼ਖਮੀ ਕੈਪਟਨ ਨੇ ਜ਼ਖਮੀ ਐਸਆਈ ਦਾ ਪੁੱਛਿਆ ਹਾਲ ਬਹਾਦਰੀ ਲਈ ਦਿੱਤੀ ਸਬਾਸ਼ ਸੋ ਦੋਸਤੋ ਇਹ ਸਮਝੀ ਸੂਬੇ ਪੰਜਾਬ ਦੀਆਂ ਹੈਡਲਾਈਨਸ ਮੁੱਖ ਖਬਰਾਂ ਹੁਣ ਆਪਾਂ ਇਹਨਾਂ ਖਬਰਾਂ ਦਾ ਕਰਦੇ ਹਾਂ ਵਿਸਥਾਰ ਤੇ ਨਾਲ ਹੀ ਕੁਝ ਹੋਰ ਖਬਰਾਂ ਸਾਂਝੀਆਂ ਕਰਦੇ ਆਂ ਸੋ ਵੀਡੀਓ ਨੂੰ ਤੁਸੀਂ ਐਂਡ ਦੇ ਤੱਕ ਜਰੂਰ ਦੇਖਣਾ। ਪੋਖੜ ਹੜਤਾਲ ਤੇ ਬੈਠੇ ਕਾਉਂਸਲਰ ਨੂੰ ਪੁਲਿਸ ਨੇ ਚੱਕਿਆ ਮੁਖਤਸਰ ਤੋਂ ਖਬਰ ਆ ਰਹੀ ਹੈ ਜੀ ਵਾਰਡ ਨੰਬਰ 15 ਸ਼੍ਰੀ ਮੁਖਤਸਰ ਸਾਹਿਬ ਦੇ ਕਾਉਂਸਲਰ ਪਰਮਿੰਦਰ ਸਿੰਘ ਪਾਸ਼ਾ ਸ਼੍ਰੋਮਣੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਜੋ ਲੋੜਵੰਦ 600 ਪਰਿਵਾਰਾਂ ਨੂੰ ਰਾਸ਼ਨ ਨਾ ਦਿੱਤੇ ਜਾਣ ਦੇ ਰੋਸ ਦੇ ਵਜੋਂ ਕੁਝ ਦਿਨਾਂ ਤੋਂ ਵਾਰਡ ਦੀ ਧਰਮਸ਼ਾਲਾ ਦੇ ਵਿੱਚ ਪੋਖੜ ਹੜਤਾਲ ਤੇ ਬੈਠੇ ਸਨ। ਉਹਨਾਂ ਨੂੰ ਅੱਜ ਦੇਰ ਸ਼ਾਮ ਥਾਣਾ ਸਿਟੀ ਪੁਲਿਸ ਨੇ ਚੱਕ ਲਿਆ ਤੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉਹਨਾਂ ਤੇ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਤੋਂ ਬਾਅਦ ਜੀ ਵਿਸ਼ੇਸ਼ ਉਡਾਨ ਦੇ ਰਾਹੀਂ ਭਾਰਤ ਵਿੱਚ ਫਸੇ ਕੈਨੇਡਾ ਵਾਸੀ 122 ਯਾਤਰੀ 11:30 ਵਜੇ ਦਿੱਲੀ ਨੂੰ ਫੂਨ ਕੇ ਰਵਾਨਾ ਸੋ ਇਹ ਖਬਰ ਆ ਰਹੀ ਹੈ ਜੀ ਦੇਸ਼ ਭਰ ਦੇ ਵਿੱਚ ਲੱਗੀ ਤਾਲਾਬੰਡੀ ਅਤੇ ਠੱਪ ਹੋਈਆਂ ਹਵਾਈ ਸੇਵਾਵਾਂ ਕਰਕੇ ਵਿਦੇਸ਼ਾਂ ਤੋਂ ਆਏ ਭਾਰਤੀ ਮੂਲ ਪਰੰਤੂ ਕੈਨੇਡਾ ਦੇ ਪੱਕੇ ਵਸਨੀਕਾਂ ਨੂੰ ਵਾਪਸ ਲੈ ਕੇ ਜਾਣ ਦੇ ਲਈ ਕੈਨੇਡੀਅਨ ਸਰਕਾਰ ਦੇ ਵੱਲੋਂ ਲਗਾਤਾਰ ਵਿਸ਼ੇਸ਼ ਉਡਾਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਸ੍ਰੀ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਜੀ ਕਮਾਂਤਰੀ ਹਵਾਈ ਅੱਡੇ ਤੋਂ ਰਾਜਾ ਸੰਸਤੀ ਤੋਂ 에ਅਰ ਇੰਡੀਆ ਦੀ ਵਿਸ਼ੇਸ਼ ਘਰੇਲੂ ਉਡਾਨ ਦੇ ਰਾਹੀਂ 122 ਯਾਤਰੀ ਦਿੱਲੀ ਨੂੰ ਰਾਤ ਕਰੀਬ 11:30 ਵਜੇ ਰਵਾਨਾ ਹੋਣਗੇ ਦਿੱਲੀ ਪੂਜਨ ਤੋਂ ਬਾਅਦ ਇਹ ਉਡਾਨ ਦਿੱਲੀ ਤੋਂ ਲੰਡਨ ਲੰਡਨ ਤੋਂ ਟੋਰਾਂਟੋ ਪੁੱਜੇਗੀ ਤੇ ਇਸਦੇ ਤਾਹੀਂ ਭਾਰਤ ਦੇ ਵਿੱਚ ਕਰੋਨਾ ਦੀ ਮਹਾਮਾਰੀ ਦੌਰਾਨ ਭਾਰਤ ਵਿੱਚ ਫਸੇ ਯਾਤਰੀ ਆਪਣੇ ਘਰਾਂ ਦੇ ਵਿੱਚ ਪੁੱਜ ਸਕਣਗੇ ਉਸ ਤੋਂ ਬਾਅਦ ਜੀ ਮੈਲ ਕਲਾਾਂ ਦੀ ਕਰੋਨਾ ਮ੍ਰਿਤਕ ਦੇ ਸਾਰੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਆਈ ਨੈਗੇਟਿਵ ਜੀ ਪਿਛਲੇ ਦਿਨੀ ਕਰੋਨਾ ਵਾਇਰਸ ਦੇ ਕਾਰਨ ਮੌਤ ਦਾ ਸ਼ਿਕਾਰ ਹੋਈ ਮੈਲ ਕਲਾ ਬਰਨਾਲਾ ਦੀ ਕਰਮਜੀਤ ਕੋਰ 52 ਸਾਲਾ ਪਤਨੀ ਦਲਜੀਤ ਸਿੰਘ ਦੇ ਪੰਜ ਹੋਰ ਪਰਿਵਾਰਕ ਮੈਂਬਰਾਂ ਦੀ ਰਿਪੋਰਟ 네ਗੇਟਿਵ ਆਈ ਅਤੇ ਜਾਣਕਾਰੀ ਅਨੁਸਾਰ ਕਰਮਜੀਤ ਕੌਰ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਣ ਦੀ ਪੁਸ਼ਟੀ ਤੋਂ ਬਾਅਦ ਉਹਨਾਂ ਦੇ 13 ਪਰਿਵਾਰਕ ਮੈਂਬਰਾਂ ਨੂੰ ਕੋਵਿਡ-19 ਦੀ ਜਾਂਚ ਦੇ ਲਈ ਭੇਜਿਆ ਗਿਆ ਸੀ ਜਿਨ੍ਹਾਂ ਦੇ ਵਿੱਚੋਂ 8 ਜਣਿਆਂ ਦੀ ਰਿਪੋਰਟ ਕੱਲ 네ਗੇਟਿਵ ਆਈ ਅਤੇ 5 ਜਣਿਆਂ ਦੀ ਰਿਪੋਰਟ ਅੱਜ 네ਗੇਟਿਵ ਆਈ ਗਈ ਹੈ ਉਸ ਤੋਂ ਬਾਅਦ ਜੀ ਕੋਰੋਨਾ ਵਾਇਰਸ ਦੇ ਸ਼ੱਕੀ ਦੇ ਵੱਲੋਂ ਹਸਪਤਾਲ ਦੀ 5ਵੀਂ ਮੰਜ਼ਲ ਦੀ ਖਿੜਕੀ ਤੋਂ ਮਰਨ ਦੀ ਚੇਤਾਵਨੀ ਉਹ ਨਿੰਦਰੇ ਦੇ ਕਾਰਨ ਕੰਬਾਈਨ ਤੋਂ ਡਿੱਗ ਗਏ ਨੌਜਵਾਨ ਦੀ ਮੌਤ ਸੋ ਥਾਣਾ ਸਮਲਸਰ ਹੇਟਲੇ ਪਿੰਡ ਚਿੰਦਾ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਇੱਥੋਂ ਦੇ ਨਾਮੀ ਗੁਰਸਿੱਖ ਪਰਿਵਾਰ ਜੁਗਰਾਜ ਸਿੰਘ ਖਾਲਸਾ ਦੇ ਸੁਪੁੱਤਰ ਗੁਰਮੀਤ ਸਿੰਘ ਖਾਲਸਾ ਦੇ ਨੌਜਵਾਨ ਪੁੱਤਰ ਮਨਜੀਤ ਸਿੰਘ ਦੀ ਪਰ ਜਵਾਨੀ ਦੇ ਵਿੱਚ ਅਚਾਨਕ ਮੌਤ ਹੋ ਗਈ ਮਨਜੀਤ ਸਿੰਘ ਆਪਣੇ ਸਾਥੀਆਂ ਸਮੇਤ ਗੁਜਰਾਤ ਵਿਖੇ ਕੰਬਾਈਨ ਲੈ ਕੇ ਗਿਆ ਹੋਇਆ ਸੀ ਜਦੋਂ ਉਹ ਵਾਪਸ ਪਰਤ ਰਹੇ ਸਨ ਦੇ ਉਨਿੰਦਰੇ ਕਾਰਨ ਉਹ ਕੰਬਾਈਨ ਤੋਂ ਹੇਠਾ ਡਿੱਗ ਪਿਆ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਉਸ ਤੋਂ ਬਾਅਦ ਜੀ ਵਿਸਾਖੀ ਤੇ ਖਾਲਸਾ ਦੇ ਸਿਰਜਣ ਦਿਹਾੜੇ ਤੇ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਸੁੰਦਰ ਦੀਪਮਾਲਾ ਕੀਤੀ ਗਈ ਤੇ ਇਹ ਸੰਗਤਾਂ ਦੇ ਵੱਲੋਂ ਜਿਹੜੀ ਦੀਪਮਾਲਾ ਕੀਤੀ ਗਈ ਤੇ ਇਸ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗਰਮਤੀ ਸਿੰਘ ਸਿੰਘ ਸਾਹਿਬ ਸੁਖਜਿੰਦਰ ਸਿੰਘ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਐਡੀਸ਼ਨਲ ਮੈਨੇਜਰ ਰਜਿੰਦਰ ਸਿੰਘ ਗੋਰਾ ਸਿੰਘ ਅਤੇ ਸੁਪਰਵਾਈਜ਼ਰ ਜਸਵੀਰ ਸਿੰਘ ਆਦ ਮੌਜੂਦ ਸਨ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਆ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਸੈਨੀਟਾਈਜੇਸ਼ਨ ਟਨਲ ਤੇ ਯੂਕੇ ਦੇ ਵਿੱਚ ਕਰੋਨਾ ਦੇ ਕਾਰਨ 697 ਹੋਈਆਂ ਨਵੀਆਂ ਮੌਤਾਂ ਸੋ ਪਿਛਲੇ 24 ਘੰਟੇ ਉਦੋਂ ਜਿਹੜੀ ਖਬਰ ਆ ਰਹੀ ਆ ਤੇ ਕੁੱਲ ਗਿਣਤੀ ਉੱਥੇ 11309 ਦੀ ਹੋ ਚੁੱਕੀ ਆ ਪਠਾਨਕੋਟ ਤੋਂ ਖਬਰ ਆ ਰਹੀ ਹੈ ਜੀ ਕਰੋਨਾ ਵਾਇਰਸ ਦਾ ਕਹਿਰ ਆ ਚਾਰ ਹੋਰ ਮਰੀਜ਼ਾਂ ਦੀ ਜਿਹੜੀ ਪੁਸ਼ਟੀ ਹੋ ਚੁੱਕੀ ਹੈ ਜ਼ਿਲ੍ਹਾ ਪਠਾਨਕੋਟ ਦੇ ਲਗਾਤਾਰ ਜਿਹੜਾ ਉੱਥੇ ਕਰੋਨਾ ਦਾ ਪ੍ਰਕੂਪ ਵਾਧਾ ਨਜ਼ਰ ਆ ਰਿਹਾ ਜੀ ਇਹ ਥੰਮਣ ਦਾ ਨਾਂ ਨਹੀਂ ਲੈ ਰਿਹਾ ਤੇ ਜ਼ਿਲ੍ਹਾ ਪਠਾਨਕੋਟ ਦੇ ਜਿੱਥੇ ਅੱਜ ਪਹਿਲਾ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 17 ਹੋਈ ਹੁਣ ਤਾਜ਼ਾ ਰਿਪੋਰਟਾਂ ਦੇ ਮੁਤਾਬਕ ਚਾਰ ਹੋਰ ਮਰੀਜ਼ਾਂ ਦੀ ਰਿਪੋਰਟ ਪੋਜ਼ਿਟਿਵ ਆਈ ਅਤੇ ਸਬੰਧਿਤ ਜਾਣਕਾਰੀ ਦਿੱਤੇ ਕੋਇਸ ਪਠਾਨਕੋਟ ਸਿਵਲ ਸਰਜਨ ਦੇ ਐਸ ਐਮਓ ਡਾਕਟਰ ਪ੍ਰਪਿੰਦਰ ਸਿੰਘ ਨੇ ਦੱਸਿਆ ਕਿ ਨਵੀਆਂ ਰਿਪੋਰਟਾਂ ਦੇ ਮੁਤਾਬਕ ਕਰੋਨਾ ਪੋਜ਼ਿਟਿਵ ਮਰੀਜ਼ ਸੁजानਪੁਰ ਦੀ ਮ੍ਰਿਤਕ ਮਹਿਲਾ ਦੇ ਸੰਪਰਕ ਚੋਂ ਆਉਣ ਵਾਲੇ ਦੋ ਹੋਰ ਵਿਅਕਤੀਆਂ ਦਾ ਜਿਹੜਾ ਰਿਪੋਰਟ ਆ ਉਹ ਕਰੋਨਾ ਪੋਜ਼ਿਟਿਵ ਪਾਈ ਗਈ ਹੈ ਸੋ ਉਸ ਤੋਂ ਬਾਅਦ ਜੀ ਕਾਨੂੰਨ ਤੋੜਨ ਵਾਲਿਆਂ ਤੇ ਪੁਲਿਸ ਦੀ ਨਜ਼ਰ ਰੱਖ ਰਹੀ ਹੈ ਜੀ ਤੀਜੀ ਅੱਖ ਮਹਾਮਾਰੀ ਦੇ ਨਾਲ ਲੜਨ ਦੇ ਲਈ ਪੰਜਾਬ ਸਰਕਾਰ ਨੇ ਰਾਜਪੁਰਜੂ ਕਰਫਿਊ ਲਗਾ ਰੱਖਿਆ باوجود ਇਸ ਦੇ ਤੇਜ਼ੀ ਨਾਲ ਫੈਲ ਰਹੇ ਕਰੋਨਾ ਤੇ ਕਾਬੂ ਪਾਉਣ ਦੇ ਲਈ ਬੇਸ਼ੱਕ ਪੁਲਿਸ ਲੱਖਾਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਕਾਨੂੰਨ ਤੋੜਨ ਵਾਲਿਆਂ ਦੀ ਕਮਿਊਨਿਟੀ ਥਾਣਾ ਸ਼ਹਿਰੀ ਦੇ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਹੁਣ ਕਰਫਿਊ ਦੀ ਪਾਲਣਾ ਕਰਾਉਣ ਦੇ ਲਈ ਸ਼ਹਿਰ ਦੇ ਅੰਦਰ ਸ਼ਕਤੀ ਦੇ ਨਾਲ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ ਉਹਨਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਕੀਤੀ ਗਈ ਨਾਕਾਬੰਦੀ ਦੌਰਾਨ ਹਰ ਪੁਲਿਸ ਅਫਸਰ ਦੀ ਨਿਗਰਾਨੀ ਹੇਠ ਤੀਜੀ ਅੱਖ ਦੇ ਦੌਰ ਤੇ ਇੱਕ ਵਿਸ਼ੇਸ਼ ਡਰੋਨ ਟੀਮ ਦਾ ਗਠਿਤ ਕੀਤਾ ਗਿਆ ਜੋ ਘਰੋਂ ਨਿਕਲਣ ਵਾਲੇ ਹਰ ਇੱਕ ਵਿਅਕਤੀ ਤੇ ਤਿੱਖੀ ਨਜ਼ਰ ਰੱਖ ਰਹੀ ਹੈ ਸੋ ਉਸ ਤੋਂ ਬਾਅਦ ਜੀ ਸ਼੍ਰੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਵਿਖੇ ਸ਼ਰਦਾ ਲਵਾਂ ਨੂੰ ਪੰਜਾਬ ਵਾਪਸ ਲਿਆਉਣ ਦੇ ਲਈ ਬੀਬੀ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ ਸੋ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮંત્રી ਵਿਵਾਹਰ ਸਿਮਰਤ ਕੋਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਰੇਲਵੇ ਮੰਤਰਾਲੇ ਨੂੰ ਤਿੰਨ ਹਫ਼ਤਿਆਂ ਤੋਂ ਸ਼੍ਰੀ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਨਾਦੇੜ ਸਾਹਿਬ ਅਤੇ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਦੇ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕਰਨ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਇੱਕ ਚਿੱਠੀ ਦੇ ਵਿੱਚ ਕਿਹਾ ਕਿ ਤਕਰੀਬਨ 3000 ਸ਼ਰਧਾਲੂ ਹਜ਼ੂਰ ਸਾਹਿਬ ਅਤੇ 2000 ਪਟਨਾ ਸਾਹਿਬ ਦੇ ਵਿਖੇ ਫਸੇ ਹੋਏ ਹਨ ਅਤੇ ਤਾਲਾਬੰਦੀ ਵਿੱਚ ਵਾਅਦਾ ਹੋਣ ਕਰਕੇ ਇੰਨਾ ਸ਼ਰਦਾਲੂਆਂ ਜਿਨ੍ਹਾਂ ਚ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹਨ ਭਾਰੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੁੱਖ ਮੰਤਰੀ ਦੇ ਵੱਲੋਂ ਕੀਤੀ ਗਈ ਅਪੀਲ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵੱਲੋਂ ਆਪਣੇ ਨਿਵਾਸ ਸਥਾਨ ਤੇ ਸਮੁੱਚੇ ਪਰਿਵਾਰ ਸਮੇਤ ਵਾਹਿਗੁਰੂ ਜੀ ਦੇ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸਮੁੱਚੀ ਖਲਕਤ ਦੇ ਅੰਦਰ ਫੈਲੀ ਕਰੋਨਾ ਮਹਾਮਾਰੀ ਤੋਂ ਬਚਾ ਦੇ ਲਈ ਉਹਨਾਂ ਨੇ ਅਰਦਾਸ ਕੀਤੀ ਸੋ ਉਸ ਤੋਂ ਬਾਅਦ ਜੀ ਪੀਯੂ ਦੇ ਅਸਿਸਟੈਂਟ ਪ੍ਰੋਫੈਸਰ ਦੀ ਨਹੀਂ ਹੋ ਪਾਰੀ ਜੀ ਕਰੋਨਾ ਰਿਕਵਰੀ ਸੈਕਟਰ 37 ਦੇ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਪਤਨੀ ਅਤੇ ਨਵਜਾਤ ਬੱਚੀ ਦੇ ਟੈਸਟ ਰਿਪੋਰਟ 네ਗੇਟਿਵ ਆਈ ਅਤੇ ਦੂਜੀ ਵਾਰ ਦੋਵਾਂ ਚੋਂ ਇੱਕ ਦੀ ਸੈਂਪਲਿੰਗ ਕੀਤੀ ਗਈ ਸੀ ਇਸ ਤੋਂ ਪਹਿਲਾਂ ਐਤਵਾਰ ਨੂੰ ਮਰੀਜ਼ ਦੀ 8 ਸਾਲ ਦੀ ਵੱਡੀ ਬੇਟੀ ਅਤੇ 55 ਸਾਲ ਦੀ ਸੱਸ ਪੋਜ਼ਿਟਿਵ ਆਈ ਸੀ ਤੇ ਉੱਥੇ ਹੀ 40 ਸਾਲ ਦੇ ਪੀਯੂ ਦੇ ਅਸਿਸਟੈਂਟ ਪ੍ਰੋਫੈਸਰ ਦੀ ਹਾਲਤ ਚ ਕੋਈ ਸੁਧਾਰ ਨਹੀਂ ਹੋ ਪਾਰ ਰਿਹਾ ਮਰੀਜ਼ਾਂ ਨੂੰ ਡਾਇਬੀਟਿਸ ਦੀ ਸ਼ਿਕਾਇਤ ਮਰੀਜ਼ ਨੂੰ ਡਾਇਬੀਟਿਸ ਦੀ ਸ਼ਿਕਾਇਤ ਅਤੇ ਸ਼ੂਗਰ ਵੀ ਵੱਧ ਗਈ ਹੈ ਜਿਸ ਦੇ ਕਾਰਨ ਉਸ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਪਾਰਿਆ ਤੇ ਉਸ ਨੂੰ ਆਈ ਸੀ ਯੂ ਦੇ ਵਿੱਚ ਦਾਖਲ ਕੀਤਾ ਹੈ ਜਿੱਥੇ ਉਸ ਨੂੰ ਸਾਹ ਲੈਣ ਦੇ ਲਈ ਨੋਜ਼ਲ ਡਰਪ ਲਾਈ ਗਈ ਅਤੇ ਡਾਕਟਰਾਂ ਮੁਤਾਬਕ ਸ਼ੁੱਕਰਵਾਰ ਨੂੰ ਉਸ ਨੂੰ ਦਾਖਲ ਕੀਤਾ ਗਿਆ ਪਰ ਹਾਲੇ ਤੱਕ ਕੋਈ ਵੀ ਇੰਪਰੂਵਮੈਂਟ ਨਹੀਂ ਦਿਖ ਰਹੀ ਸੋ ਉਸ ਤੋਂ ਬਾਅਦ ਜੀ ਹਰਜੀਤ ਸਿੰਘ ਏਐਸਆਈ ਜਿਨ੍ਹਾਂ ਦਾ ਹੱਥ ਕੱਟਿਆ ਸੀਗਾ ਜੁੜਨ ਤੋਂ ਬਾਅਦ ਬੋਲੇ ਕਿ ਮੈਂ ਛੇਤੀ ਵਾਪਸ ਆਵਾਂਗਾ ਜੋ ਹਾਦਸਾ ਹੋ ਗਿਆ ਸੋ ਹੋ ਗਿਆ ਕੋਈ ਗੱਲ ਨਹੀਂ ਮੈਂ ਛੇਤੀ ਵਾਪਸ ਡਿਊਟੀ ਤੇ ਪਰਤਾਂਗਾ ਇਹ ਸ਼ਬਦ ਪੰਜਾਬ ਪੁਲਿਸ ਦੇ ਉਸ ਜਾਬਾਂਜ ਏਐਸਆਈ ਹਰਜੀਤ ਸਿੰਘ ਦੇ ਹਨ ਜਿਨ੍ਹਾਂ ਦਾ ਪਟਿਆਲਾ ਚ ਡਿਊਟੀ ਦੌਰਾਨ ਇੱਕ ਨਿਹੰਗ ਦੀ ਤਲਵਾਰ ਦੇ ਹਮਲੇ ਦੇ ਨਾਲ ਹੱਥ ਕੱਟਿਆ ਗਿਆ ਸੀ ਪਜੀਆ ਚ ਇਲਾਜ ਅਧੀਨ ਹਰਜੀਤ ਸਿੰਘ ਨੇ ਡਾਕਟਰਾਂ ਨੇ ਜਿਹੜਾ ਹੱਥ ਆ ਜੋੜ ਦਿੱਤਾ ਤੇ ਇਲਾਜ ਤੋਂ ਬਾਅਦ ਅੱਖ ਖੁੱਲਣ ਤੇ ਉਹਨਾਂ ਨੇ ਆਪਣੇ ਸਾਥੀ ਅਤੇ ਪਟਿਆਲਾ ਸਿਵਲ ਲਾਇਲਸ ਦੇ ਥਾਣਾ ਇੰਚਾਰਜ ਇੰਸਪੈਕਟਰ ਰਾਹੁਲ ਕੌਸ਼ਲ ਦੇ ਵੱਲੋਂ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਉਸ ਦੇ ਮੁਤਾਬਕ ਹਰਜੀਤ ਸਿੰਘ ਬੇਹਦ ਬਹਾਦਰ ਪੁਲਿਸ ਅਫਸਰ ਹੈ ਜਦੋਂ ਉਸ ਦਾ ਹੱਥ ਕੱਟਿਆ ਗਿਆ ਤਾਂ ਉਹ ਖੁਦ ਆਪਣਾ ਹੱਥ ਚੁੱਕ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਇਲਾਜ ਦੇ ਲਈ ਗਿਆ ਅਤੇ ਰਜਿੰਦਰਾ ਹਸਪਤਾਲ ਪ੍ਰਬੰਧਨ ਨੇ ਉਸ ਨੂੰ ਮੁਰਲਾ ਇਲਾਜ ਦੇ ਕੇ ਪੀਜੀਆਈ ਸ਼ਿਫਟ ਕਰ ਦਿੱਤਾ ਇਸ ਦੌਰਾਨ ਪੂਰੇ ਰਸਤੇ ਅਤੇ ਪੀਜੀਆਈ ਚ ਹਰਜੀਤ ਸਿੰਘ ਦੀ ਦੇਖਭਾਲ ਚ ਜੁਟੇ ਰਹੇ ਤੇ ਉਹਨਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਖਾਸ ਤੌਰ ਤੇ ਡੀਜੀਪੀ ਦਿਨਕਰ ਗੁਪਤਾ ਨੇ ਪਜੀ ਆਈ ਚ ਪੂਰਾ ਪ੍ਰਬੰਧ ਕਰਵਾਇਆ ਤੇ ਹਸਪਤਾਲ ਪੁੱਜਦੇ ਹੀ ਇਲਾਜ ਸ਼ੁਰੂ ਹੋ ਗਿਆ ਤੇ ਇਸ ਦੇ ਨਾਲ ਚੱਲਦੇ ਹੀ ਉਹਨਾਂ ਦੀ ਹਾਲਤ ਪੂਰੀ ਤਰ੍ਹਾਂ ਸਥਿਰ ਹੈ ਸੁਰਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਕੱਟੇ ਹੱਥ ਦੀ ਪੈਕਿੰਗ ਤੇ ਉਹਨਾਂ ਨੇ ਡਾਕਟਰਾਂ ਨੇ ਕੱਤੇ ਕੱਟੇ ਹੱਥ ਦੀ ਚੰਗੀ ਤਰ੍ਹਾਂ ਪੈਕਿੰਗ ਕੀਤੀ ਜਿਸ ਦੇ ਚੱਲਦੇ ਪਜੀ ਆਈ ਔਨ ਤੇ ਵੀ ਕਟਿਆ ਹੱਥ ਕਾਫੀ ਬੇਤਰ ਹਾਲਤ ਚੂਸੀ ਤੇ ਪੀਜੀਆਈ ਦੇ ਡਾਕਟਰਾਂ ਨੇ ਹੱਥ ਜੋੜਨ ਦੇ ਲਈ ਮਦਦ ਮਿਲੀ ਅਤੇ ਡਾਕਟਰਾਂ ਦਾ ਕਹਿਣਾ ਹੈ ਜੇਕਰ ਕਟੇ ਹੱਥ ਨੂੰ ਠੀਕ ਤਰੀਕੇ ਨਾਲ ਨਹੀਂ ਰੱਖਿਆ ਹੁੰਦਾ ਤਾਂ ਇਹ ਸਥਿਤੀ ਗੰਭੀਰ ਹੋ ਸਕਦੀ ਸੀ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਚੰਡੀਗੜ੍ਹ ਫਰਨੀਚਰ ਮਾਰਕੀਟ ਚੋਂ ਲੱਗੀ ਭਿਆਨਕ ਅੱਗ ਲਪੇਟ ਚੁਆਇਆਂ 13 ਦੁਕਾਨਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਜੀ ਜਾਣਕਾਰੀ ਮੁਤਾਬਕ ਸੈਕਟਰ 53 ਦੇ ਵਿੱਚ ਸਥਿਤ ਫਰਨੀਚਰ ਮਾਰਕੀਟ ਦੇ ਵਿੱਚ ਜਿਹੜੀ ਅਚਾਨਕ ਦੇਰ ਰਾਤ ਅੱਗ ਲੱਗੀ ਤੇ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਤੇ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਚੰਡੀਗੜ੍ਹ ਅਤੇ ਮੋਹਾਲੀ ਤੋਂ ਪਹੁੰਚੀਆਂ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਨਾਲ ਕਰਮਚਾਰੀਆਂ ਨੇ ਕਾਫੀ ਮੁਸ਼ਕਲਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਸੋ ਉਸ ਤੋਂ ਬਾਅਦ ਜੀ ਪੰਜਾਬ ਦੇ ਵਿੱਚ 2 ਮਹੀਨੇ ਦੀ ਉਦਯੋਗਿਕ ਬੰਦੀ ਦੇ ਨਾਲ 3 ਸਾਲ ਪਿਛੜ ਜਾਵੇਗੀ ਇੰਡਸਟਰੀ ਵਾਇਰਸ ਦੇ ਕਾਰਨ ਬੀਤੇ ਕਰੀਬ ਸਾਢੇ 3 ਹਫਤੇ ਤੋਂ ਬੰਦ ਪਏ ਪੰਜਾਬ ਦੇ ਉਦਯੋਗਾਂ ਨੂੰ ਜੇਕਰ ਸਰਕਾਰ ਨੇ ਲੀਤੇ ਲਿਆਉਣ ਦੇ ਲਈ ਸਮਾਂ ਰਹਿੰਦੇ ਕਦਮ ਨਾ ਚੁੱਕੇ ਤਾਂ ਕਈ ਸਾਲ ਪਛੜ ਜਾਣਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਸ਼ੁੱਕਰਵਾਰ ਨੂੰ ਵਾਇਰਸ ਨੂੰ ਲੈ ਕੇ ਜੋ ਬਿਆਨ ਦਿੱਤਾ ਹੈ ਉਸ ਦੇ ਨਾਲ ਉਦਯੋਗਪਤੀਆਂ ਦੀ ਜਾਨ اٹਕ ਗਈ ਹੈ ਤੇ ਮੌਜੂਦਾ ਜਗਤ ਮੌਜੂਦਾ ਹਾਲਾਤ 'ਚ ਸਰਕਾਰ ਦੇ ਵੱਲੋਂ ਅਜੇ ਹਾ ਕੋਈ ਢੰਗ ਤਰੀਕਾ ਅਪਣਾਉਂਦੀ ਉਮੀਦ ਕਰ ਰਿਹਾ ਹੈ ਜਿਸ ਦੇ ਨਾਲ ਰਾਜੂ ਉਤਪਾਦਨ ਬੇਸ਼ੱਕ ਘਟ ਹੋਵੇ ਪਰ ਉਹਨਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਨਾ ਹੋਵੇ ਉਦਯੋਗਪਤੀ ਫਿਲਹਾਲ ਉਦਯੋਗ ਚਲਾਏ ਜਾਣ ਨੂੰ ਲੈ ਕੇ ਅਨ ਚਿੰਤਾਤਾ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਨ ਅਤੇ ਮੁੱਖ ਮੰਤਰੀ ਦੇ ਬਿਆਨ ਤੋਂ ਸਾਫ ਹੈ ਕਿ ਹੱਤਲਾਤ ਸਤੰਬਰ ਅਕਤੂਬਰ ਤੱਕ ਖਾਸ ਸੁਧਰਨ ਵਾਲੇ ਨਹੀਂ ਸੋ ਉਸ ਤੋਂ ਬਾਅਦ ਜੀ ਜਵਾਹਰਪੁਰ ਤੋਂ ਖਬਰ ਆ ਰਹੀ ਹੈ ਜਿੱਥੇ ਪੀੜਤ ਦੇ ਹੋਰ ਕਰੀਬੀਆਂ ਦਾ ਪਤਾ ਲੱਗਣ ਤੇ ਟੈਸਟ ਕੀਤੇ ਜਾਣ ਸਿਹਤ ਮੰਤਰੀ ਨੇ ਕਿਹਾ ਜੀ ਡੇਰਾਬੱਸੀ ਦੇ ਲਾਗਲੇ ਪਿੰਡ ਪਿੰਡ ਜਵਾਹਰਪੁਰ ਦੇ ਕਰੋਨਾ ਵਾਇਰਸ ਦੇ ਫਲਾਅ ਨੂੰ ਰੋਕਣ ਦੇ ਮੰਤਵ ਦੇ ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੇ ਮੈਡੀਕਲ ਕਾਲਜ ਪਟਿਆਲਾ ਦੀ ਮਾਹਰ ਟੀਮ ਦੇ ਨਾਲ ਵਿਚਾਰ-ਵਟਾਂਦਰਾ ਕੀਤੀ ਤੇ ਸਿਵਲ ਸਰਜਨ ਮੁਹਾਲੀ ਡਾਕਟਰ ਮਨਜੀਤ ਸਿੰਘ ਦੀ ਬੇਨਤੀ ਤੇ ਮੈਡੀਕਲ ਕਾਲਜ ਦੇ ਚਾਰ ਮਾਹਰਾਂ ਨੇ ਸਿਵਲ ਸਰਜਨ ਦਫ਼ਤਰ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਹਿੱਸਾ ਲਿਆ ਤੇ ਬੁਲਾਰੇ ਨੇ ਦੱਸਿਆ ਕਿ ਸਿਹਤ ਮੰਤਰੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਦੇ ਵਿੱਚ ਮਾਰੂ ਬਿਮਾਰੀ ਦੇ ਕੇਸਾਂ ਦਾ ਰਜਨਾ ਹੋ ਰਹਾ ਹੈ ਵਾਦੇ ਤੋਂ ਚਿੰਤਾਤਾਂ ਜਿਨ੍ਹਾਂ ਨੂੰ ਫੌਰੀ ਠੱਲ ਪਾਨ ਦੀ ਲੋੜ ਹੈ ਸੋ ਉਸ ਤੋਂ ਬਾਅਦ ਜੀ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਵਧਾਈ ਕੰਮ ਦੀ ਸਮਰੱਥਾ ਰੋਜ਼ਾਨਾ ਹੋਵੇਗੀ 400 ਸੈਂਪਲਾਂ ਦੀ ਜਾਂਚ ਸੋ ਪੰਜਾਬ ਦੇ ਵਿੱਚ ਵਾਇਰਸ ਦੇ ਵੱਧ ਰਹੇ ਮਾਮਲੇ ਨੂੰ ਲੈ ਕੇ ਸਰਕਾਰੀ ਮੈਡੀਕਲ ਕਾਲਜ ਨੇ ਵੀ ਕੰਮ ਕਰਨ ਦੀ ਆਪਣੀ ਸਮਰੱਥਾ ਵਧਾ ਦਿੱਤੀ ਆ ਤੇ ਕਾਲਜ ਦੀ ਕਰੋਨਾ ਵਾਇਰਸ ਟੈਸਟਿੰਗ ਲੈਬਰਾਟਰੀ ਦੇ ਵਿੱਚ ਹੁਣ ਅਗਲੇ ਹਫਤੇ ਤੋਂ ਤਿੰਨ ਸ਼ਿਫਟਾਂ 'ਚੋਂ ਲਗਭਗ 400 ਸੈਂਪਲਾਂ ਦੀ ਜਾਂਚ ਹੋਵੇਗੀ। ਸੋ ਉਸ ਤੋਂ ਬਾਅਦ ਜੀ ਤਬਲੀਗੀ ਜਮਾਤ ਦੇ ਸੰਪਰਕ 'ਚੋਂ ਆਏ 7 ਹੋਰ ਦੀ ਰਿਪੋਰਟ ਨੈਗੇਟਿਵ ਤੇ ਕਰੋਨਾ ਦੀ ਦਹਿਸ਼ਤ ਦੇ ਦਰਮਿਆਨ ਕਿਸਾਨਾਂ ਦਾ ਸੋਨਾ ਕਹੇ ਜਾਣ ਵਾਲੀ ਕਣਕ ਇਸ ਵੇਲੇ ਪੱਕ ਕੇ ਖੇਤਾਂ 'ਚੋਂ ਤਿਆਰ ਖੜੀ ਹੈ ਤੇ ਪੰਜਾਬ ਦੇ ਕਿਸੇ-ਕਿਸੇ ਹਿੱਸੇ ਦੇ ਵਿੱਚ ਇਸ ਦੀ ਵਾਢੀ ਵੀ ਸ਼ੁਰੂ ਹੋ ਚੁੱਕੀ ਹੈ ਤੇ ਵਿਸਾਖੀ ਦੇ ਸ਼ੁਭ ਦਿਹਾੜੇ ਦੇ ਮੌਕੇ ਜ਼ਿਲ੍ਹਾ ਕਪੂਰਥਲਾ ਦੇ ਕਸਬਾ ਡੱਡੂ ਵਿਦੇੜੇ ਪ੍ਰਵਾਸੀ ਮਜ਼ਦੂਰ ਕਣਕ ਦੀ ਵਾਢੀ ਕਰਦੇ ਨਜ਼ਰ ਆਏ ਤੇ ਗੱਲਬਾਤ ਦੌਰਾਨ ਪਤਾ ਲੱਗਾ ਕਿ ਇਹ ਪ੍ਰਵਾਸੀ ਮਜ਼ਦੂਰ ਦਿਹਾੜੀ ਤੇ ਕਣਕ ਵੱਢ ਰਹੇ ਹਨ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਵਿਸ਼ਵਪਾਰ ਦੇ ਵਿੱਚ ਫੈਲੇ ਵਾਇਰਸ ਨੂੰ ਰੋਕਣ ਦੇ ਲਈ ਸਰਕਾਰ ਦੇ ਵੱਲੋਂ ਸ਼ੂਸ਼ਿੰਗ ਡਿਸਟੈਂਡਿੰਗ ਦੇ ਸਮੇਤ ਕਈ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦਾ ਪਾਲਣ ਇਹਨਾਂ ਮਜ਼ਦੂਰਾਂ ਦੇ ਵੱਲੋਂ ਬਾਖੂਬੀ ਕੀਤਾ ਜਾ ਰਿਹਾ ਹੈ ਤੇ ਕਣਕ ਦੀ ਵਾਢੀ ਦੌਰਾਨ ਉਕਤ ਮਜ਼ਦੂਰ فاਸਲਾ ਬਣਾ ਕੇ ਵਾਢੀ ਕਰ ਰਹੇ ਹਨ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਦਿਨਵਲੇ ਦੀਆਂ ਆਮ ਅਤੇ ਖਾਸ ਖਬਰਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਹੋਰ ਨਵੀਆਂ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ